ਸਤਿੰਦਰਪਾਲ ਸਿੰਘ ਹੈ ਇੱਥੇ ਆ ਕੇ ਕਹਿੰਦੇ ਪੱਥਰ ਮਾਰਦਿਆਂ ਨੂੰ ਤੁਹਾਨੂੰ ਫੜਿਆ, ਸ਼ਰਮ ਨਹੀਂ ਆਈ ਇਹ ਚੀਜ਼ ਕਰਦੇ? ਹੈਲੋ ਹਾਂਜੀ, ਕੋਈ ਮੋਡੀਫਾਈਡ ਟ੍ਰੈਕਟਰ ਦਾ ਫੋਟੋ ਹੈ ਜੀ? ਨਾ ਨਾ ਕੁਛ ਨਹੀਂ ਹੈ ਭਾਈ, ਬਿਲਕੁਲ ਸ਼ਾਂਤੀ ਸੇ ਹੈ। ਕੋਈ ਟ੍ਰੈਕਟਰ ਕਾ ਫੋਟੋ ਹੋ ਆਪਕੇ ਪਾਸ? ਮੋਡੀਫਾਈਡ ਟ੍ਰੈਕਟਰ ਦਾ ਕੋਈ ਫੋਟੋ ਹੈ ਹੀ ਨਹੀਂ, ਕੋਈ ਤਾਂ ਫੋਟੋ ਕਹਾਂ ਸੇ ਡਾਲੂ? ਜਿਹੜਾ ਤੁਸੀਂ ਪੱਥਰਬਾਜ਼ੀ ਕਰਾ ਰਹੇ ਹੋ, ਵਧੀਆ ਕਰ ਰਹੇ ਹੋ, ਇਨਲ ਵਿੱਚ ਤੇ ਖੱਟਰ ਤੇ ਕਹਿਣ ਤੇ ਤੇ ਤੁਸੀਂ ਆਹ ਕੰਮ ਕਰਾ ਰਹੇ ਹੋ ਕਿਸਾਨਾਂ ਨੂੰ ਬਦਨਾਮ ਕਰਨ ਵਾਸਤੇ। लोगों की तुमने टांगे तोड़ दी आप लोगों ने, बच्चों के सर फोड़ दिए आप लोगों ने, हजारों आदमी आपने गिरफ्तार कर रखे, शर्म आनी चाहिए आप लोगों को। हमारे लोगों के बीच में अपने आदमी भेज के आप पथराव करवाते हो ताकि हिंसा का माहौल बनाया जा सके। मैं अपने भी आपसे सिविल वर्दी के बच्चे फिर ड्यूटी करते हैं सिविल, अंदर खाते घुस के ऐसे लोगों को भेजा जाता है जो पथराव कराते हैं पुलिस के ऊपर। ये पुलिस के ही आदमी पुलिस के ऊपर ही पथराव कराते हैं। किसान अंदोलन के वांग हुण खनौरी बार्डर के उपर धरना जिहड़ा लग्गिया होया, उत्थे भी कहा जा रहा है कि सरकार वल्लों बंदे ने जिहड़े शरारत करन दे लई पहुंचे ने इत्थे पहुंचाए गए ने, तां गल्लबात करांगे। तां सिरसा साहब किस तरीके दे नाल बई तुहाडे नाल बैठा, तां की शरारत की कीती इहनां ने? देखो जी, ये तुहानूं दस दईए कि जो दिल्ली बार्डर के उत्ते उस टाइम से केंद्र सरकार ते खट्टर सरकार ने जिहड़े सी अंदोलन नूं साडे नूं फेल करन वास्ते जिहड़ा असी उत्थे शरारतां कीतियां, ते आ तुहाडे सामने असी अज दी जिहड़ा इह की कीता है। इह हरियाणा पुलिस दा मुलाजम है और इह अपने नाल बंदे लिया के ते इहने की कीता है कि जिहड़े कल भी पत्थरबाजी होई आ ਉਹ ਆਪਣੇ ਬੰਦੇ ਨਾਲ ਲਿਆ ਕੇ ਸਾਡੇ ਕਿਸਾਨਾਂ 'ਚ ਉਹਨਾਂ ਨੂੰ ਸ਼ਾਮਿਲ ਕਰਕੇ ਕਿਸਾਨਾਂ ਵਾਲੀ ਸਾਈਡ ਤੋਂ ਵਿੱਚ ਫੋਨ ਆ ਚੁੱਕਿਆ। ਹਾਂਜੀ ਕਰੋ ਜੀ ਗੱਲ ਬਾਈ ਜੀ। ਹੈਲੋ, ਹਾਂ ਉਤਾਰ, ਹਾਂ ਸ਼ਾਂਤੀ ਆ। ਅੱਛਾ, ਤੁਸੀਂ ਕਰੋ ਘਰ ਬੈਠੇ ਡਿਊਟੀ, ਤੁਹਾਨੂੰ ਕੀ ਲੋੜ ਆ? ਅਵਤਾਰ ਸਿੰਘ ਜੀ, ਬਹੁਤ ਵਧੀਆ ਮਾਹੌਲ ਆ ਜਿਹੜਾ ਤੁਸੀਂ ਟੀਚਾ ਰਚਿਆ ਹਰਿਆਣਾ ਪੁਲਿਸ ਨੇ, ਬਹੁਤ ਵਧੀਆ ਚੱਲ ਰਿਹਾ ਹੈ। ਜਿਹੜਾ ਤੁਸੀਂ ਪੱਥਰਬਾਜ਼ੀ ਕਰਾ ਰਹੇ ਹੋ, ਵਧੀਆ ਕਰ ਰਹੇ ਹੋ, ਇਨਲ ਵਿੱਚ ਤੇ ਖੱਟਰ ਤੇ ਕਹਿਣ ਤੇ ਬਹੁਤ ਧੰਨਵਾਦ ਤੁਹਾਡਾ ਪੁਲਿਸ ਵਾਲੇ ਵੀਰਾਂ ਦਾ। ਤੁਸੀਂ ਕਿਸਾਨਾਂ ਮਜ਼ਦੂਰਾਂ ਦੇ ਹੋ ਕੇ ਤੇ ਤੁਸੀਂ ਆਹ ਕੰਮ ਕਰਾ ਰਹੇ ਹੋ ਕਿਸਾਨਾਂ ਨੂੰ ਬਦਨਾਮ ਕਰਨ ਵਾਸਤੇ, ਇਧਰ ਵਾਲੀ ਸਾਈਡ 'ਚ ਆਪਣੇ ਬੰਦੀਆਂ ਨੂੰ ਸਾਥੀਆਂ ਨੂੰ ਭੇਜ ਕੇ ਜਿਹੜੀ ਤੁਸੀਂ ਪੱਥਰਬਾਜ਼ੀ ਕਰਵਾ ਕੇ ਕਿਸਾਨਾਂ ਨੂੰ ਬਦਨਾਮ ਕਰ ਰਹੇ ਹੋ ਨਾ, ਚੰਗੀ ਗੱਲ ਨਹੀਂ ਹੈ। ਸਹੀ ਆ। ਇਹ ਅਵਤਾਰ ਸਿੰਘ ਜੀ, ਇਹ ਬੰਦਾ ਸਾਡੇ ਕੋਲ ਆ, ਇਹ ਜਿਹੜਾ ਕੰਮ ਕਰਵਾ ਰਹੇ ਜਿਹੜੇ ਤੁਸੀਂ, ਇਹ ਪੂਰੀ ਜਨਤਾ ਦੇ ਸਾਹਮਣੇ ਆ ਗਿਆ, ਮੀਡੀਆ ਦੇ ਵਿੱਚ ਲਾਈਵ ਚੱਲ ਰਿਹਾ ਤੁਹਾਡੀਆਂ ਗੱਲਾਂ। टांगे तोड़ दी आप लोगों ने, बच्चों के सर फोड़ दिए आप लोगों ने, हजारों आदमी आपने गिरफ्तार कर रखे, शर्म आनी चाहिए आप लोगों को। हमारे लोगों के बीच में अपने आदमी भेज के आप पथराव करवाते हो ताकि हिंसा का माहौल बनाया जा सके, ये बात पूरा देश देख रहा है, मीडिया के माध्यम से लाइव चल रही है, आपका चेहरा बेनकाब हो चुका है। ਕੱਟ ਕੇ ਫੋਨ ਤਾਂ ਬਾਈ ਜੀ, ਕੀ ਕਿਹੜੀ ਫੋਰਸ ਦੇ ਵਿੱਚ ਤੁਸੀਂ ਡਿਊਟੀ ਕਿਹਨੇ ਲਾਈ ਆ ਤੁਹਾਡੀ? ਜ਼ਿਲ੍ਹਾ ਪੁਲਿਸ ਦੇ ਵਿੱਚ ਆ, ਮੇਰੀ ਡਿਊਟੀ ਕਿਸੇ ਨੇ ਨਹੀਂ ਲਾਈ, ਮੈਂ ਆਪਣੀ ਮਰਜ਼ੀ ਨਾਲ ਆਇਆ। ਹਾਂ, ਕੀ ਕਰਨ ਆਏ ਸੀ ਇੱਥੇ? ਕਿਉਂਕਿ ਇਹ ਮੇਰਾ ਰਿਸਪੋਂਸੀਬਿਲਟੀ ਏਰੀਆ। ਕੀ ਰਿਸਪੋਂਸੀਬਿਲਟੀ ਏਰੀਆ, ਕਰਨ ਕੀ ਆਏ ਸੀ? ਰਿਸਪੋਂਸੀਬਿਲਟੀ ਏਰੀਆ ਕਿ ਮੈਂ ਆਪਣੇ ਮਾਹੌਲ ਨਹੀਂ ਖਰਾਬ ਹੋਣ ਦੇਣਾ। ਅੱਛਾ, ਮੇਰੀ ਇਹ ਰਿਸਪੋਂਸੀਬਿਲਟੀ। ਡਿਊਟੀ ਲੱਗੀ ਨਹੀਂ, ਰਿਸਪੋਂਸੀਬਿਲਟੀ ਹੈਗੀ ਆ ਤੁਹਾਡੀ? ਉਹ ਤਾਂ ਡਿਊਟੀ ਵੈਸੇ ਹੀ ਲੱਗੀ ਹੈ ਜੀ, ਲੱਗੀ ਜਦੋਂ ਕਿਸੇ ਦੀ ਪੋਸਟਿੰਗ ਹੋ ਜਾਂਦੀ, ਉਹ ਵੈਸੇ ਪੋਸਟਿੰਗ ਹੋ ਜਾਂਦੀ, ਉਹਦੀ ਡਿਊਟੀ ਹੋ ਜਾਂਦੀ ਉੱਥੇ। ਪੋਸਟਿੰਗ ਵਾਸਤੇ ਡਿਊਟੀ ਵੀ ਤਾਂ ਮੰਨ ਲਓ ਕਿ ਦੱਸਿਆ ਜਾਂਦਾ ਨਾ ਵੀ ਇੱਥੇ ਡਿਊਟੀ ਆ ਤੁਹਾਡੀ। ਜਦੋਂ ਕਿਤੇ ਮੰਨ ਲਓ ਕੋਈ ਐਸਐਚਓ ਲੱਗ ਗਿਆ, ਉਹਦੀ ਰਿਸਪੋਂਸੀਬਿਲਟੀ ਹੋ ਗਈ ਉੱਥੇ, ਉਹਨੂੰ ਸਪੈਸ਼ਲ ਤਾਂ ਨਹੀਂ ਭੇਜਿਆ ਜਾਂਦਾ ਵੀ ਐਸ। ਤੁਸੀਂ ਆਪਣੇ ਬਿਹਾਫ ਤੇ ਆਏ ਹੋ? ਮੈਂ ਆਪਣੇ ਬਿਹਾਫ ਤੇ। ਸਿਵਲ ਵਰਦੀ ਦੇ ਵਿੱਚ ਫਿਰ ਡਿਊਟੀ ਕਰਦੇ ਹੁੰਦੇ? ਸਿਵਲ ਦੇ ਵਿੱਚ ਜੀ। ਅੱਛਾ, ਰੈਂਕ ਕੀ ਆ ਤੁਹਾਡਾ? ਮੇਰਾ ਸਿਪਾਹੀ ਰੈਂਕ ਆ ਜੀ। ਸਿਪਾਹੀ ਰੈਂਕ ਹੈ? ਹਾਂਜੀ। ਤੇ ਸਿਪਾਹੀ ਦੀ ਫਿਰ ਐਡੀ ਕਿਹੜੀ ਡਿਊਟੀ ਹੋਗੀ ਜਿਹੜੀ ਤੁਸੀਂ ਇੱਥੇ ਆ ਕੇ ਸਿਵਲ ਵਰਦੀ ਦੇ ਵਿੱਚ ਤਾਂ ਸਿਪਾਹੀ ਆ ਹੀ ਨਹੀਂ ਸਕਦਾ? ਵੇਖੋ ਜੀ, ਮੈਂ ਬਾਰਡਰ ਤੋਂ ਪਾਰ ਨਹੀਂ ਗਿਆ, ਮੈਂ ਆਪਣੇ ਏਰੀਏ ਦੇ ਵਿੱਚ ਆ ਜੀ। ਆ ਏਰੀਆ ਪੰਜਾਬ ਕਾ ਰਹਿਣਾ? ਹੋ ਸਕਦਾ ਜੀ, ਪਰ ਮੈਂ ਪਿੱਛੇ ਸੀਗਾ ਜੀ। ਤੁਹਾਨੂੰ ਫੜਿਆ ਤਾਂ ਇਧਰੋਂ ਕਿੱਥੋਂ ਫੜਿਆ ਵੀਰੇ ਤੁਸੀਂ? ਐਸਾ ਹੈ ਜੀ, ਦੇਖੋ ਮੈਂ ਆਪਕੇ ਮਾਧਿਅਮ ਸੇ ਪੂਰਾ ਬਤਾਨਾ ਚਾਹਤਾ ਹੂੰ ਕਿ ਜੋ ਹਰਿਆਣਾ ਸਰਕਾਰ ਜੋ ਸਾਜ਼ਿਸ਼ੇ ਰਚ ਰਹੀ ਹੈ ਅੰਦੋਲਨ ਕੋ ਬਦਨਾਮ ਕਰਨੇ ਕੇ ਲੀਏ, आंसू गैस के गोले छोड़े जा रहे हैं, सरकार द्वारा लाठी चार्ज किया जा रहा है, गोलियां चलाई जा रही हैं, उसके अलावा अंदर खाते घुस के
ऐसे लोगों को भेजा जाता है जो पथराव कराते हैं पुलिस के ऊपर। ये पुलिस के ही आदमी पुलिस के ऊपर ही पथराव कराते हैं और कहा यह जाता है किसानों ने कर दिया, जबकि हम ये स्पष्ट करना चाहते हैं हमारे किसान 30 किसान घायल हो गए, हमारे हजारों आंसू गैस के गोले छोड़े गए, हमारे हजारों भाई गिरफ्तार हैं, लेकिन 1% भी हिंसा नहीं हुई। यहाँ पे आके ये लोगों को भड़काने का उकसाने का प्रयास करते हैं, वीडियो बना रहे हैं। सिक्योरिटी का फोन आ गया, अच्छा स्पीकर ऑन करो, करो जी गल करो जी। विजय सिक्योरिटी जी का फोन आया, करो जी गल। हेलो हेलो, हाँ जी, कोई मॉडिफाइड ट्रैक्टर का फोटो है जी? ना ना कुछ नहीं है भाई, बिल्कुल शांति से है। कोई ट्रैक्टर का फोटो हो आपके पास? मॉडिफाइड ट्रैक्टर का कोई फोटो है ही नहीं कोई, तो फोटो कहाँ से डालूं, नॉर्मल है सारे। विजय जी आपका चेहरा नकाब हो चुका है खट्टर साहब का और अनिविज का, आप अपने मुलाजमों को भेज के पत्थरबाजी करवा रहे हो किसानों को बदनाम करने के लिए, ऐसी इतनी घिनौनी हरकत पर उतराओगे आप? आपको शर्म आनी चाहिए, आप इतना घटिया काम करवा रहे हो। हमारे किसानों को 30 किसान घायल कर दिए, हजारों आंसू गैस के गोले छोड़े और अपने बंदे पंजाब में भेजकर हमारे आपके बीच में हमारे आंदोलन के बीच में अपने साथियों को भेजकर उनसे पत्थरबाजी करवा रहे हो और हरियाणा से आए किसानों की फोटो खींचकर क्या करोगे आप? हेलो, फोन कटता। हाँ जी, लो ਉਹਨੂੰ ਵੀ ਆ ਲੈਣ ਦੋ, ਬਾਕੀ ਜੀ ਵਾਲਿਆਂ ਨੂੰ ਵੀ। ਤਾਂ ਕੀ ਲੱਗਦਾ ਕੀ ਹੈ ਕੀ ਚੀਜ਼ਾਂ ਕਰਵਾ ਕੀ ਰਹੇ ਨੇ? ਸਿਰਫ ਇਸ ਕਰਕੇ ਕਿਸਾਨ ਅੰਦੋਲਨ, ਸ਼ਾਂਤਮਈ ਕਿਸਾਨ ਅੰਦੋਲਨ ਨੂੰ ਜਿਹੜਾ ਹੈ ਉਹ ਬਦਨਾਮ ਕਰਨ ਵਾਸਤੇ, ਇਹਨੂੰ ਹਿੰਸਕ ਰੂਪ ਦੇਣ ਵਾਸਤੇ, ਹਿੰਸਕ ਰੂਪ ਦੇਣ ਵਾਸਤੇ ਇਹਨੂੰ ਫੇਲ ਹਿੰਸਕ ਹੋਏਗਾ ਤੇ ਫੇਲ ਹੋਏਗਾ। ਬਾਈ ਨਾਂ ਕੀ ਹੈ ਤੁਹਾਡਾ? ਸਤਿੰਦਰਪਾਲ ਸਿੰਘ ਜੀ। ਸਤਿੰਦਰਪਾਲ ਸਿੰਘ ਹੈ, ਇੱਥੇ ਆ ਕੇ ਕਹਿੰਦੇ ਪੱਥਰ ਮਾਰਦਿਆਂ ਨੂੰ ਤੁਹਾਨੂੰ ਫੜਿਆ, ਸ਼ਰਮ ਨਹੀਂ ਆਈ ਇਹ ਚੀਜ਼ ਕਰਦੇ ਨੂੰ? ਕੋਈ ਬੰਦਾ ਪ੍ਰੂਫ ਕਰਦੇ ਗੁਰੂ ਗ੍ਰੰਥ ਸਾਹਿਬ ਵੱਲ, ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਚੱਲ ਕੇ ਬੰਦੇ ਵੀ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਨੇ ਜਿਹੜੇ ਸਾਰੇ। ਇੱਕ ਮਿੰਟ ਜੀ ਜਿਹੜੇ ਸਾਰੇ ਬੰਦੇ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਬੈਠੇ ਨੇ? ਬਿਲਕੁਲ, ਇਕੱਲੇ ਹੀ ਬੰਦੇ ਮੈਂ ਕਹਿੰਦਾ ਮੰਨਦੇ ਨੇ, ਲੇਕਿਨ ਉੱਥੇ ਜਾ ਕੇ ਇਹ ਕਹਿ ਦੇਣ ਵੀ ਪੱਥਰ ਮਾਰਦੇ ਨੂੰ ਫੜਿਆ, ਮੈਂ ਕਿਸੇ ਨਾਲ ਧੱਕਾ ਕੀਤਾ, ਮੈਂ CID ਤੋਂ ਫੋਨ ਆ ਰਹੇ ਨੇ, ਵੱਖ ਵੱਖ ਇੰਟੈਲੀਜੈਂਸੀ ਦੇ ਫੋਨ ਆ ਰਹੇ ਨੇ। ਮੇਰੀ ਗੱਲ ਸੁਣੋ, ਕਿਸੇ ਬੰਦੇ ਨੂੰ ਮੈਂ ਇਹ ਦੱਸਿਆ ਹੋਵੇ ਮੈਂ ਕਿਸਾਨ ਹਾਂ? ਫੋਟੋਆਂ ਕਿਹੜੀਆਂ ਮੰਗ ਰਹੇ ਨੇ ਤੁਹਾਡੇ ਤੋਂ? ਫੋਟੋ ਵੀ ਮੰਗ ਰਹੇ ਨੇ? ਫੋਟੋਆਂ ਮੰਗ ਰਹੇ, ਮੋਡੀਫਾਈਡ ਟਰੈਕਟਰ ਕੋਈ ਹੈ? ਇਹ ਕਹਿ ਰਹੇ ਹੈ ਕਿ ਹਰਿਆਣਾ ਕੇ ਜੋ ਨੇਤਾ ਜੋ ਬੰਦੇ ਹੈ ਸਭ ਕੇ ਨਾਮ ਲਿਖੇ ਹੋਏ ਹੈ ਔਰ ਕਹਿ ਰਹੇ ਹੈ ਉਨਕੇ ਘਰੋਂ ਪੇ ਛਾਪੇ ਮਾਰ ਰਹੇ ਹੈ, ਉਨਕੀ ਪ੍ਰੋਪਰਟੀ ਸੀਜ ਕਰਨੇ ਕਾ ਕਾਮ ਕਰ ਰਹੇ ਹੈ, ਤੋ ਹਰਿਆਣਾ ਵਾਲੇ ਲੋਕ ਜ਼ਿਆਦਾ ਸੰਖਿਆ ਮੇਂ ਨਾ ਆ ਪਾਏ, ਇਸ ਲਈ ਇਹ ਸਭ ਕਰਵਾਇਆ ਜਾ ਰਿਹਾ ਹੈ ਇਨਕੇ ਦੁਆਰਾ। ਲਿਸਟ ਦੇ ਵਿੱਚ ਕੀ ਲਿਖਿਆ ਹੋਇਆ ਬਾਈ? ਸਭ ਕੇ ਲੀਡਰੋਂ ਕੇ ਨਾਮ ਲਿਖੇ ਹੋਏ ਹੈ, ਗਾੜੀਓਂ ਕੇ ਨਾਮ ਲਿਖੇ ਹੋਏ ਹੈ, ਇਹ ਗੱਡੀ ਨੰਬਰ ਲਿਖ ਰੱਖਿਆ, ਕੋਟੜਾ ਅਭਿਮਨਿਊ ਕੋਹਾੜ ਸਾਰਿਆਂ ਕੇ ਨਾਮ ਲਿਖੇ ਹੋਏ। ਸਾਰੇ ਲੀਡਰਾਂ ਦੇ ਨਾਮ ਲਿਖੇ? ਹਾਂ, ਜੇਈਆਂ ਦੇ ਨਾਮ ਵੀ ਲਿਖੇ। ਇਹ ਦੇਖੋ ਇੰਨਾ ਜ਼ਿਆਦਾ ਖੱਟਰਤਾ ਤੇ ਸਾਡੇ ਅਨਿਲ ਵਿੱਚ ਦਾ ਘਨੋਣਾ ਚਿਹਰਾ ਨਜ਼ਰ ਆ ਚੁੱਕਿਆ ਹੈ, ਸਾਡੇ ਕਿਸਾਨਾਂ ਨੂੰ ਬਦਨਾਮ ਕਰਨ ਵਾਸਤੇ ਇਹ ਕੰਮ ਕੀਤਾ ਜਾ ਰਿਹਾ ਹੈ। ਕਿਸਾਨ ਅੰਦੋਲਨ ਦੇ ਵਿੱਚ ਜਿਸ ਤਰੀਕੇ ਦਾ ਮਾਹੌਲ ਸਿਰਜਿਆ ਗਿਆ ਸੀ, ਇੰਟੈਲੀਜੈਂਸੀ ਦੇ ਬੰਦੇ ਨੇ ਜਿਹੜੇ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਕਿ ਛੱਡੇ ਜਾ ਰਹੇ ਨੇ, ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਖਨੌਰੀ ਬਾਰਡਰ ਤੇ ਕਿਸ ਤਰੀਕੇ ਦਾ ਮਾਹੌਲ ਹੈ ਜਿਹੜਾ ਬਣਿਆ ਹੋਇਆ, ਤੇ ਲੋਕ ਜਿਹੜੇ ਨੇ ਫੜੇ ਗਏ ਨੇ।